ਸਿੰਗਰ ਕਦੋਂ ਤੋਂ ਤੁਹਾਨੂੰ ਮਤਲਬ ਲੱਗਿਆ ਕਿ ਮੈਂ ਸਿੰਗਰ ਬਣਾਂ? ਵੈਸੇ ਤਾਂ 4 ਸਾਲ ਤੋਂ ਲੱਗਦਾ ਸੀ। ਅੱਛਾ, ਪਰ ਹੁਣ ਟਾਈਮ ਟਾਈਮ ਦੀ ਗੱਲ ਹੈ ਕਿ ਪਹਿਲਾਂ ਇੰਜੀਨੀਅਰਿੰਗ ਕਰ ਲਈ, ਫਿਰ MBA ਕਰ ਲਈ, ਪਰ ਹੁਣ ਸਿੰਗਿੰਗ ਦਾ ਮੌਕਾ ਹੁਣ ਮਿਲਿਆ। ਨਹੀਂ, ਮੈਨੂੰ ਇਹ ਨਹੀਂ ਸਮਝ ਆਈ ਵੀ ਇੰਜੀਨੀਅਰਿੰਗ ਕਰ ਲਈ, ਫਿਰ MBA ਕਰ ਲਈ, ਫਿਰ ਸਿੰਗਰ ਬਣ ਗਈ, ਇਹ ਇੰਨਾ ਸਾਰਾ ਕੰਪਲੀਕੇਸ਼ਨ ਕਿੱਦਾਂ ਹੋਇਆ? ਇਹ ਹੁਣ ਪਰਮਾਤਮਾ ਜਾਣਦਾ। ਨਹੀਂ, ਜਦੋਂ ਤੁਸੀਂ ਕਾਲਜ ਸੀ ਜਾਂ ਸਕੂਲ ਦੇ ਵਿੱਚ ਸੀ ਉਦੋਂ ਗਾਉਂਦੇ ਸੀਗੇ? ਹਾਂਜੀ ਹਾਂਜੀ, ਆਪਣੇ ਕਾਲਜ? ਹਾਂਜੀ, ਡਾਂਸ, ਡਰਾਮਾ, ਮਿਊਜ਼ਿਕ, ਇਹਦੇ ਨਾਲ ਮਤਲਬ 4 ਸਾਲ ਤੋਂ ਕਿਤੇ ਨਾ ਕਿਤੇ ਅਟੈਚਮੈਂਟ ਰਹੀ ਹੈ। ਰਹੀ ਹੈ। ਹਾਂਜੀ, ਤਾਂ ਉਸ ਤੋਂ ਬਾਅਦ ਫਿਰ ਲੱਗਿਆ ਕਿ ਸਟੱਡੀ ਕੰਪਲੀਟ ਕਰ ਲਈਏ। ਹਾਂਜੀ, ਅਤੇ ਮੇਰੇ ਮੰਮਾ ਵੀ ਸਿਤਾਰ ਵਜਾਉਂਦੇ ਸੀ। ਅੱਛਾ, ਹਾਂਜੀ, ਓਕੇ, ਗੁੱਡ। ਮਤਲਬ ਘਰ 'ਚ ਮਾਹੌਲ ਸੀਗਾ ਕਲਾ ਦਾ ਪੜ੍ਹਾਉਣਾ, ਹੈ ਨਾ? ਅਤੇ ਬਈ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਹੈ ਨਾ ਜੀ, ਕਿ ਅਸੀਂ ਪੰਜਾਬੀ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਗਾਉਣ ਦੀ ਕੁਛ ਵੀ, ਤਾਂ ਉਹਦੇ ਅਕੋਰਡਿੰਗਲੀ ਸਾਨੂੰ ਇਹ ਹੁੰਦਾ ਹੈ ਕਿ ਫੋਕ ਨਾਲ ਅਸੀਂ ਜ਼ਰੂਰ ਜੁੜੇ ਰਹੀਏ। ਹਾਂਜੀ, ਹੈ ਨਾ? ਪਰ ਮੈਂ ਤੁਹਾਡੇ ਕੋਲ ਲਾਈਵ ਸੁਣਨਾ ਚਾਹੁੰਦੀ ਸੀ, ਪਰ ਚਾਹੁੰਦੀ ਹਾਂ ਕਿ ਨਹੀਂ, ਮਿਊਜ਼ਿਕ ਦੇ ਨਾਲ ਹੀ ਜੇ ਸੁਣਿਆ ਜਾਵੇ। ਠੀਕ ਹੈ, ਕਿਉਂ ਠੀਕ ਹੈ ਨਹੀਂ ਹੈ ਜੀ? ਅਤੇ ਗਾਣੀਆਂ ਮਾਰਦੇ ਕੋਈ ਨਾ।